ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁਲਤਾਨਵਿੰਡ ਰੋਡ ਜਿਹਦੇ 'ਤੇ ਸੁਲਤਾਨਵਿੰਡ ਪਿੰਡ ਹੈ, ਇੱਧਰ ਲਿੰਕ ਸੜਕ ਸੀਗੀ, ਜਿੱਥੇ ਲੰਬੇ ਸਮੇਂ ਤੋਂ ਜਿਹੜੀ ਇੱਕ ਸਮੱਸਿਆ ਆ ਰਹੀ ਸੀਗੀ ਕਿ ਵਹੀਕਲ ਜਿਹੜੇ ਆ ਉਹ ਜ਼ਿਆਦਾ ਜਲਦੀ ਕਰੋਸ ਹੁੰਦੇ ਨੇ। ਸਾਡਾ ਅੰਮ੍ਰਿਤਸਰ ਸ਼ਹਿਰ ਵੈਸੇ ਵੀ ਬਹੁਤ ਪਵਿੱਤਰ ਸ਼ਹਿਰ ਹੈ, ਧਾਰਮਿਕ ਯਾਤਰਾ ਵਾਸਤੇ ਲੋਕ ਜਿਹੜੇ ਦੁਨੀਆ ਦੇ ਕੋਨੇ ਕੋਨੇ ਤੋਂ ਇੱਥੇ ਪਹੁੰਚਦੇ ਨੇ, ਲੱਖਾਂ ਸ਼ਰਧਾਲੂ ਰੋਜ਼ ਦਰਬਾਰ ਸਾਹਿਬ ਉੱਤੇ ਸਮਸਤਕ ਹੁੰਦੇ ਨੇ। ਸੋ ਬੜੀ ਸਮੱਸਿਆ ਆ ਰਹੀ ਸੀਗੀ, ਸੋ ਅੱਜ ਅਸੀਂ ਆਪਣੇ ਸਰਕਾਰਯੋਗ MLA ਸਰਦਾਰ ਟੀਚਰ ਸਾਹਿਬ, ਮੇਅਰ ਸਾਹਿਬ ਦੇਖੋ ਜੀ, ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਜੀ, ਸਾਰਿਆਂ ਦੀ ਕੋਸ਼ਿਸ਼ਾਂ ਦੇ ਸਦਕਾ ਅਸੀਂ ਅੱਜ ਇੱਥੇ ਇੱਕ ਫਲਾਈਓਵਰ ਬਣਾਉਣ ਦਾ ਜਿਹੜਾ ਆ ਉਹ ਕੰਮ ਸ਼ੁਰੂ ਕੀਤਾ ਹੈ। ਅਤੇ ਜਿਹੜਾ ਫਲਾਈਓਵਰ ਆ ਇਹ ਲਗਭਗ 1 ਕਿਲੋਮੀਟਰ ਜਿਹੜਾ ਆ ਅਤੇ ਬਣੂੰਗਾ, 14 ਮੀਟਰ ਜਿਹੜਾ ਆ ਚੌੜਾ ਆ। ਇਹਦੇ ਨਾਲ ਦੇ ਨਾਲ ਅਸੀਂ ਥੱਲੇ ਸਰਵਿਸ ਲੇਨ ਵੀ ਬਣਾਉਣੀ ਆ ਔਰ ਡਰੇਨੇਜ ਦਾ ਪ੍ਰਬੰਧ ਵੀ ਜਿਹੜਾ ਕਰਨਾ ਹੈ। ਸੋ ਇਹਦੇ ਉੱਤੇ ਲਗਭਗ 33 ਕਰੋੜ ਰੁਪਇਆ ਜਿਹੜਾ ਆ ਖਰਚ ਹੋਣਾ ਹੈ। ਸੋ ਮੈਂ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਗੁਰਮੁਖ ਸਿੰਘ ਮਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਾਸਤੇ ਕਾਫੀ ਫੰਡਸ ਵੀ ਮੁਹੱਈਆ ਕਰਵਾਏ ਨੇ, ਸਕੂਲਾਂ ਦੇ ਵਿੱਚ ਹੋਸਪਿਟਲ ਬਣਾਉਣ ਦੇ ਵਿੱਚ, ਮੁਹੱਲਾ ਕਲੀਨਿਕ ਬਣਾਉਣ ਦੇ ਵਿੱਚ, ਹਰ ਖੇਤਰ ਦੇ ਵਿੱਚ ਅੰਮ੍ਰਿਤਸਰ ਨੂੰ ਜਿਹੜੀ ਆ ਪਹਿਲ ਦਿੱਤੀ ਗਈ ਆ। ਸੋ ਅੱਜ ਮੈਂ ਇਲਾਕੇ ਦੇ ਲੋਕਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਵਧਾਈ ਦਿੰਦਾ, ਧੰਨਵਾਦ ਵੀ ਕਰਦਾ ਕਿ ਇਹਦੇ ਨਾਲ ਕਾਫੀ ਸਾਡੀ ਸਮੱਸਿਆ ਜਿਹੜੀ ਆ ਟ੍ਰੈਫਿਕ ਅੰਮ੍ਰਿਤਸਰ ਸ਼ਹਿਰ ਦੀ ਸਮੱਸਿਆ। ਸੋ ਹਲਕੇ ਦੀ ਬਹੁਤ ਦੇਰ ਤੋਂ ਇੱਕ ਫੰਡ ਸੀਗੀ ਕਿ ਟ੍ਰੈਫਿਕ ਜੈਮ ਬਹੁਤ ਹੁੰਦੇ ਆ ਸੁਲਤਾਨਵਿੰਡ ਪੁੱਲ 'ਤੇ, ਕਿਤੇ ਡਰਾਈਵਰ ਬਣਾਇਆ ਜਾਵੇ। ਸੋ ਅਸੀਂ ਸਭ ਨੇ ਬੇਨਤੀ ਕੀਤੀ, ਸਾਡੇ ਜਿਹੜੇ ਮਾਨਯੋਗ ਮੰਤਰੀ ਸਾਹਿਬ ਨੇ ਸਰਦਾਰ ਭਗਤ ਸਿੰਘ ਟੀਕਾ ਸਾਹਿਬ, ਔਰ ਉਹਨਾਂ ਬੜਾ ਗ੍ਰੇਸ਼ੀਅਸ, ਬੜੇ ਪਿਆਰ ਨਾਲ, ਬੜੇ ਸਲੀਕੇ ਨਾਲ ਸਾਨੂੰ ਕਿਹਾ ਗਾਲੀ ਪੈ ਜਾਈਏ ਤਾਂ ਬਣਾਵਾਂਗੇ ਆਪਾਂ, ਪਰ ਬਹੁਤ ਛੇਤੀ, ਬਹੁਤ ਥੋੜ੍ਹੇ ਟਾਈਮ 'ਚ ਉਹਨਾਂ ਸਾਡੀ ਪਲੈਨਿੰਗ ਕਰਾ ਕੇ ਇਹਦਾ ਜਿਹੜਾ ਟਿਕਟ ਉੱਪਰ ਸਭ ਨੂੰ ਚੁੱਕਿਆ, ਅਤੇ ਬਹੁਤ ਚੰਗੀ ਗੱਲ ਹੈ ਕਿਉਂਕਿ ਇਲਾਕੇ ਦੀ ਤਰੱਕੀ ਜਿਹੜੀ ਹੈ ਉਹ ਹੋਣੀ ਬਹੁਤ ਲਾਜ਼ਮੀ ਹੈ। ਇਹਨਾਂ ਨੂੰ ਹੋਰ ਵੀ ਬੇਨਤੀ ਕਰਦੇ ਕਿ ਪੋਲੀਆ ਵੀ ਛੋਟਾ ਜੇ ਇਹ ਵੀ ਜਿਹੜਾ ਚੌੜਾ ਕਰ ਦਿਓ ਕਦੇ ਵੇਖ ਲਿਆ ਜੀ। ਦੇਖੋ 4 ਲੱਖ ਜਿਹੜੀ ਸਾਡੀ ਬਣਨੀ ਹੈ ਉਹ ਵੀ ਸਾਡੀ ਪਹਿਲੇ ਪਲੈਨ ਕਰ ਰਹੀ ਹੈ, ਉਹ ਵੀ ਕਰ ਲਓ। ਇੱਕ ਪੱਕਾ ਵਾਲੇ ਪੁੱਲ ਹੈਗਾ ਜੀ, ਜਿਹੜਾ ਉਹ ਮੰਡੀ ਵਾਲਾ ਪੁੱਲ ਹੈ ਜੀ, ਉਹ ਵੀ ਨਾਲ ਹੀ ਤੁਸੀਂ ਸਾਰਾ ਪਲੈਨ ਕੀਤਾ ਹੋਇਆ। ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰ, ਬਹੁਤ ਬਹੁਤ ਮਿਹਰਬਾਨੀ। ਔਰ ਜੋ ਹਦਾਇਤਾਂ ਉੱਤੋਂ ਆਈਆਂ ਨੇ ਕੇਜਰੀਵਾਲ ਸਾਹਿਬ ਦੀਆਂ, ਸ਼੍ਰੀ ਮਨਮੋਹਨ ਸਾਹਿਬ ਦੀਆਂ, ਸਾਡੇ ਮੁੱਖ ਮੰਤਰੀ ਨੇ ਕਿ ਡਿਵੈਲਪਮੈਂਟ ਕਰੋ, ਅਤੇ ਮੈਂ ਤਾਂ ਕਹਿੰਦਾ ਡਿਵੈਲਪਮੈਂਟ ਇਹ ਆ ਕਿ ਜੇ ਪਾਰਟੀ ਕਹਿੰਦੇ ਅਸੀਂ ਡਿਵੈਲਪਮੈਂਟ ਕੀਤੀ ਆ, ਉਹਨਾਂ ਜ਼ਮੀਨਾਂ ਵੇਚ ਕੇ ਡਿਵੈਲਪਮੈਂਟ ਕੀਤੀ ਆ, ਅਸੀਂ ਟੈਕਸਾਂ ਨਾਲ ਕਰਨ ਡੇ ਹਾਂ, ਸੋ ਇਹ ਫਰਕ ਹੈ ਸਾਡੇ ਦੋਨਾਂ ਦਾ। ਸੋ ਮੈਂ ਦੁਬਾਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਮਾਨਯੋਗ ਮੰਤਰੀ ਸਾਹਿਬ ਦਾ, ਸਰਦਾਰ ਸਾਹਿਬ ਦਾ, ਜਿਹਨਾਂ ਲੋਕਾਂ ਦੀ ਮੰਗ ਜਿਹੜੀ ਕੀਤੀ ਆ। ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।